ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਗੱਲਬਾਤ ਕਰਨ ਲਈ ਨੰਬਰ ਨੋਟ ਕਰ ਲਓ ਅਤੇ ਕਾਲ ਕੀਤੀ ਜਾ ਸਕਦੀ ਹੈ। ਅਤੇ ਗੱਲਬਾਤ ਅੱਜ ਕਰਾਂਗੇ ਸਟੂਡੈਂਟ ਵੀਜ਼ਾ ਨੂੰ ਲੈ ਕੇ। ਆਸਟ੍ਰੇਲੀਆ, ਕੈਨੇਡਾ, UK ਅਤੇ ਯੂਰਪ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਵੀ ਕਾਲ ਕਰ ਸਕਦੇ ਹੋ। ਅਦਰਵਾਈਜ਼ ਅਸੀਂ ਤੁਹਾਡੇ ਜਿਹੜੇ ਸਵਾਲ ਸਾਡੇ ਤੱਕ ਪਹੁੰਚੇ ਹੈ ਉਹ ਸ਼ੇਅਰ ਕਰਾਂਗੇ ਕ੍ਰੀਏਟਿਵ ਫਿਊਚਰ ਤੋਂ ਆਏ ਗੁਰਪ੍ਰੀਤ ਜੀ ਨਾਲ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਸੋ ਗੁਰਪ੍ਰੀਤ ਜੀ ਨਾਲ ਗੱਲਾਂ ਬਾਤਾਂ ਕਰਨੀਆਂ ਸੀ, ਤੁਸੀਂ ਕਾਲ ਕਰ ਸਕਦੇ ਹੋ। ਜਿਹੜਾ ਨੰਬਰ ਟੀਵੀ ਸਕਰੀਨ 'ਤੇ ਫਲੈਸ਼ ਹੋ ਰਿਹਾ ਤਾਂ ਸਟੂਡੀਓ ਵਿੱਚ ਜਿਹੜੀ ਕਾਲ ਹੈ ਉਹ ਲਈ ਜਾਏਗੀ। ਗੁਰਪ੍ਰੀਤ ਜੀ, ਪਹਿਲੇ ਮੈਂ ਕੈਨੇਡਾ ਤੋਂ ਸ਼ੁਰੂ ਕਰ ਲੈਣਾ ਚਾਹੁੰਦਾ। ਕਾਫੀ ਬੱਚੇ ਜਾਣਨਾ ਚਾਹੁੰਦੇ ਨੇ ਵੀ ਕੈਨੇਡਾ ਹੁਣ ਸਪਟੈਂਬਰ ਇਨਟੇਕ ਪੋਸੀਬਿਲਿਟੀਜ਼ ਬਚਦੀ ਹੈ ਜਾਂ ਨਹੀਂ? ਦੇਖੋ ਅਮਨ ਜੀ, ਜੇ ਮੈਂ ਸਪਤੰਬਰ ਇਨਟੇਕ ਦੀ ਗੱਲ ਕਰਾਂਗੀ, ਸਾਰੇ ਬੱਚਿਆਂ ਦੇ ਲਈ ਹਰ ਲੋਕੇਸ਼ਨ 'ਤੇ ਹਰ ਜਗ੍ਹਾ 'ਤੇ ਜੇ ਪੋਸੀਬਿਲਿਟੀ ਦੀ ਗੱਲ ਕਰਾਂ ਤਾਂ ਨਹੀਂ ਮਿਲੇਗੀ। ਹਾਂ, ਕੁਛ ਕੈਂਪਸ ਨੇ, ਕੁਛ ਜਿਹੜੇ ਬੱਚਿਆਂ ਦੇ ਨੇ ਔਫਰ ਲੈਟਰ ਮੰਗਾਈ, ਅਪਲਾਈ ਨਹੀਂ ਕੀਤਾ, ਸੀਟਸ ਕੈਂਸਲ ਹੋਈਆਂ, ਉੱਥੇ ਚਾਂਸ ਲਿਆ ਜਾ ਸਕਦਾ ਹੈ। ਅਤੇ ਬਹੁਤ ਸਾਰੀਆਂ ਸੀਟਸ ਅਵੇਲੇਬਲ ਨਹੀਂ ਹੈ ਸਤੰਬਰ ਇਨਟੇਕ ਲਈ, ਲਿਮਿਟਡ ਸੀਟਸ ਨੇ ਸਾਡੇ ਕੋਲ। ਕੁਛ ਕਾਲਜਿਸ, ਯੂਨੀਵਰਸਿਟੀਜ਼ ਨੇ ਜਿਹੜੀਆਂ ਇਸ ਟਾਈਮ ਐਡਮਿਸ਼ਨ ਦੇ ਰਹੀਆਂ, ਨਹੀਂ ਤਾਂ ਆਪਾਂ ਰੈਫਰ ਅੱਗੇ ਜਨਵਰੀ ਇਨਟੇਕ ਨੂੰ ਹੋਵਾਂਗੇ। ਬਟ ਵਿੱਚ ਦੀ ਮੈਂ ਫੋਲ ਇਨਟੇਕ ਕੱਢੇ ਸੀਗੇ ਬੱਚਿਆਂ ਦੇ ਲਈ, ਜਿਹੜੀ ਸਾਡੀ ਗੱਲਬਾਤ ਹੋਈ ਸੀ ਕਾਲਜਿਸ ਦੇ ਨਾਲ, ਅਕਤੂਬਰ ਅਤੇ ਨਵੰਬਰ ਵੀ ਅਸੀਂ ਇਨਟੇਕ ਕੱਢੇ ਸੀਗੇ ਕਿ ਉਹਦੇ ਵਿੱਚ ਵੀ ਬੱਚਾ ਅਪਲਾਈ ਕਰ ਸਕਦਾ ਹੈ। ਹੁਣ ਜਿਹੜੇ ਬੱਚੇ ਸਪਤੰਬਰ ਜਾਣਾ ਚਾਹੁੰਦੇ ਨੇ, ਕਿਹੜੀ ਪ੍ਰੋਫਾਈਲ ਨਾਲ ਰਿਲੇਟਡ, ਆਰਟਸ ਵਾਲੇ, ਕਾਮਰਸ ਵਾਲੇ, ਨੋਨ ਮੈਡੀਕਲ ਵਾਲੇ, ਕਿਹੜੇ ਬੱਚਿਆਂ ਦੀ ਪੋਸੀਬਿਲਿਟੀਜ਼ ਹੈਗੀਆਂ? ਦੇਖੋ ਅਮਨ ਜੀ, ਜਿਹੜਾ ਨੋਨ ਮੈਡੀਕਲ ਵਾਲਾ ਬੱਚਾ ਹੈ ਉਹਦੇ ਲਈ ਤਾਂ ਜਦੋਂ ਐਡਮਿਸ਼ਨ ਪਾਉਣੀ ਹੁੰਦੀ ਆ ਤਾਂ ਉਸੇ ਟਾਈਮ ਸਾਨੂੰ ਕੋਰਸਿਸ ਵਗੈਰਾ ਦੇਖਣੇ ਪੈਂਦੇ ਆ ਕਿ ਇਸ ਕੈਂਪਸ ਦੇ ਵਿੱਚ ਬੱਚੇ ਲਈ ਕੋਰਸਿਸ ਅਵੇਲੇਬਲ ਹੈ ਕਿ ਨਹੀਂ ਹੈ। ਦੂਸਰਾ, ਕਮਰਸ ਵਾਲਾ ਵੀ ਬੱਚੇ ਲਈ ਥੋੜ੍ਹੀਆਂ ਘੱਟ ਸੀਟਸ ਹੈ, ਨੋਨ ਮੈਡੀਕਲ ਵਾਲੇ ਲਈ ਤਾਂ ਬਹੁਤ ਘੱਟ ਮੈਂ ਗੱਲ ਕਰਾਂ। ਬਟ ਆਰਟਸ ਵਾਲੇ ਬੱਚਿਆਂ ਨੂੰ ਕਿਤੇ ਨਾ ਕਿਤੇ ਬੱਚਾ ਉਹ ਐਡਜਸਟ ਹੋ ਜਾਂਦਾ। ਆਰਟਸ ਵਾਲੇ ਬੱਚਿਆਂ ਲਈ ਕਾਫੀ ਆਪਸ਼ਨਸ ਅਵੇਲੇਬਲ ਨੇ, ਆਰਟਸ ਵਾਲੇ ਬੱਚੇ ਐਡਮਿਸ਼ਨ ਲੈ ਸਕਦੇ ਨੇ। ਨੋਨ ਮੈਡੀਕਲ ਔਰ ਕਮਰਸ ਵਾਲੇ ਬੱਚਿਆਂ ਦੀ ਜਾਂ ਮੈਡੀਕਲ ਵਾਲੇ ਬੱਚਿਆਂ ਦੀ ਗੱਲ ਕਰਾਂ, ਇਹਨਾਂ ਲਈ ਲਿਮਿਟਡ ਸੀਟਸ ਨੇ, ਲਿਮਿਟਡ ਜਿਹੜੇ ਕੈਂਪਸ ਨੇ ਸਾਡੇ ਕੋਲ ਅਵੇਲੇਬਲ ਨੇ। ਜੇ ਆਪਾਂ ਦਿਸ ਮੰਥ ਅਪਲਾਈ ਨਾ ਕੀਤਾ ਤਾਂ ਹੋ ਸਕਦਾ ਹੈ ਕਿ ਸਤੰਬਰ ਇਨਟੇਕ ਸਾਡੇ ਹੱਥ 'ਚੋਂ ਸਕਿੱਪ ਹੋ ਜਾਵੇ ਜੀ। ਸੋ ਸਪਤੰਬਰ ਇਨਟੇਕ ਦੀਆਂ ਆਪਸ਼ਨਸ ਲਾਸਟ ਹੀ ਨੇ ਜੀ, ਜੇ ਕੋਈ ਜਾਣਾ ਚਾਹੁੰਦਾ। ਅਦਰਵਾਈਜ਼ ਫਿਰ ਜਨਵਰੀ 2023। ਹਾਂਜੀ ਬਿਲਕੁਲ, ਜਨਵਰੀ 2023। ਬਟ ਜਿਹੜੇ ਆਪਾਂ ਫੋਲ ਇਨਟੇਕ ਦੀ ਗੱਲ ਕਰ ਰਹੇ ਹਾਂ ਉਹਦੇ 'ਚ ਨੋਨ ਮੈਡੀਕਲ ਜਾਂ ਅੱਛੇ ਪ੍ਰੋਫਾਈਲ ਸਿਕਸ ਸੀਚ ਵਾਲਿਆਂ ਨੂੰ ਅਸੀਂ ਗਾਈਡ ਨਹੀਂ ਕਰਦੇ। ਫੋਲ ਇਨਟੇਕ ਦੇ ਵਿੱਚ ਆਰਟਸ ਵਾਲੇ ਬੱਚੇ ਜਾਂ 1.5-2.5, 2.5 ਵਾਲੇ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਹਾਂ ਕਿ ਤੁਸੀਂ ਆਪਣਾ ਅਪਲਾਈ ਕਰ ਲਓ, ਕਿਉਂਕਿ ਉਹ ਬੱਚੇ ਕਈ ਵਾਰ ਤੋਂ ਪੇਪਰ ਦੇ ਚੁੱਕੇ ਹੁੰਦੇ ਆ, ਉਹਨਾਂ ਦਾ ਗੈਪ ਪੈ ਗਿਆ ਹੁੰਦਾ। ਬਟ ਜਿਹੜੇ ਸਾਡੇ ਬੱਚੇ ਇਸ ਟਾਈਮ +2 ਦੇ ਪੇਪਰ ਦੇ ਰਹੇ ਨੇ ਜਾਂ ਪੀਅਰ ਹੋ ਰਹੇ ਨੇ, ਉਹ ਬੱਚਿਆਂ ਨੂੰ ਆਪਣੀਆਂ ਜਨਵਰੀ 2023 ਦੀਆਂ ਕੰਡੀਸ਼ਨਲ ਮੰਗਾ ਕੇ ਰੱਖ ਲੈਣੀਆਂ ਚਾਹੀਦੀਆਂ, ਆਪਣਾ ਹੁਣੇ ਤੋਂ ਆਪਣਾ ਤਿਆਰੀ ਕਰ ਲੈਣ ਕਿ ਮੈਨੂੰ ਇਹ ਕਾਲਜ ਚਾਹੀਦਾ ਹੈ, ਇਹ ਕੋਰਸ ਚਾਹੀਦਾ ਹੈ, ਮੈਨੂੰ ਇਹ ਮਿਲ ਜਾਏਗਾ। ਅਤੇ ਉਹਦੇ ਵਿੱਚ ਕੀ ਹੈ, ਕੰਡੀਸ਼ਨਲ ਅਸੀਂ ਮੰਗਾ ਕੇ ਤਿਆਰੀ ਕਰਕੇ ਰੱਖ ਸਕਦੇ ਹਾਂ ਫਰਦਰ, ਕਿ ਬੱਚੇ ਦਾ ਅੱਗੇ ਇੱਕ ਤਾਂ ਸੀਟਸ ਬੱਚੇ ਨੂੰ ਮਿਲ ਜਾਏ, ਗੈਪ ਨਾ ਵਧੇ, ਅਤੇ ਬੱਚੇ ਨੂੰ ਆਇਲਟਸ ਸਕੋਰ ਕਿੰਨਾ ਚਾਹੀਦਾ ਹੈ, ਕਿਸ ਹਿਸਾਬ ਨਾਲ ਤਿਆਰੀ ਕਰੇ, ਪੇਪਰ ਦੇ ਰਿਹਾ, ਕਿੰਨੀ ਪਰਸੈਂਟੇਜ ਚਾਹੀਦੀ ਹੈ, ਜੇ ਇੰਨੀ ਪਰਸੈਂਟੇਜ ਆਉਂਦੀ ਹੈ ਤਾਂ ਮੈਨੂੰ ਇਹ ਕੋਰਸ ਮਿਲ ਜੂਗਾ, ਉਹ ਸਾਰੀ ਅੱਜ ਤਿਆਰੀ ਕਰਕੇ +2 ਵਾਲਾ ਬੱਚਾ ਰੱਖ ਸਕਦਾ ਹੈ। ਜੇ ਆਪਾਂ ਰਿਜ਼ਲਟ ਦੀ ਵੇਟ ਕਰਕੇ, ਪੇਪਰਾਂ ਤੋਂ ਬਾਅਦ ਰਿਜ਼ਲਟ ਦੀ ਵੇਟ ਕਰਨ ਲੱਗ ਗਏ, ਫਿਰ ਆਪਣੇ ਹੱਥ 'ਚ ਹੋ ਸਕਦਾ ਜਨਵਰੀ 2023 ਸਕਿੱਪ ਹੋ ਜਾਏ। ਕੁਛ ਕਾਲਜ ਯੂਨੀਵਰਸਿਟੀ ਦੇ ਰੋਲਿੰਗ ਇਨਟੇਕ ਹੈਗੇ ਆ, ਜੁਲਾਈ ਹੈਗਾ, ਫਿਰ ਸਪਤੰਬਰ, ਫਿਰ ਨਵੰਬਰ ਜੀ, ਉਹਨਾਂ 'ਚ ਜਿਹੜੇ ਓਵਰਆਲ 6-5 ਰਿਫਿਊਜ਼ ਹੋ ਗਏ ਨੇ ਜੀ, ਉਹਨਾਂ ਨੂੰ ਦੁਬਾਰਾ ਅਪਲਾਈ ਕਰਕੇ ਕੀ ਚਾਂਸਿਸ ਦੇਖਦੇ ਹੋ, ਜਾਂ ਉਹਦੇ ਲਈ ਕੀ ਕੁਛ ਚੀਜ਼ਾਂ ਦੇਖਣੀਆਂ ਮੈਟਰ ਕਰਦੀਆਂ, ਵੀ ਅਕੈਡਮਿਕ ਕੀ ਹੈ, ਕਿਹੜੇ ਈਅਰ 'ਚ ਪਾਸ ਆਊਟ ਹੈ, ਫੰਡਸ ਕੀ ਨੇ, ਇਹ ਸਾਰੀਆਂ ਚੀਜ਼ਾਂ ਨੂੰ ਕੀ ਇੰਪੋਰਟੈਂਟ ਹੈ? ਦੇਖੋ ਅਮਨ ਜੀ, ਜਿਹੜੀਆਂ ਤੁਸੀਂ ਚੀਜ਼ਾਂ ਬੋਲੀਆਂ ਨਾ, ਸਾਰੀਆਂ ਹੀ ਇੰਪੋਰਟੈਂਟ ਨੇ। ਫੰਡ ਵੀ ਇੰਪੋਰਟੈਂਟ ਨੇ, ਬੱਚੇ ਦੀ SOP ਸਟੇਟਮੈਂਟ ਆਫ ਪਰਪਸ ਦੇ ਉੱਤੇ ਕਿੰਨਾ ਵਰਕ ਕੀਤਾ ਗਿਆ, ਉਹਦੇ 'ਤੇ ਕਿੰਨਾ ਕੰਮ ਕੀਤਾ ਗਿਆ, ਕਿੰਨੇ ਵੀਜ਼ਾ ਅਫਸਰ ਨੂੰ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਗਈਆਂ, ਮੈਂ ਇਸ ਕੋਰਸ 'ਚ ਐਡਮਿਸ਼ਨ ਕਿਉਂ ਲਈ ਆ, ਫਰਦਰ ਮੇਰੀਆਂ ਫਿਊਚਰ ਪਲੈਨਿੰਗ ਕੀ ਨੇ, ਫੰਡ ਨੂੰ ਲੈ ਕੇ ਆਪਾਂ ਸਾਰੀਆਂ ਚੀਜ਼ਾਂ, ਉਹ ਵੀ ਵੀਜ਼ਾ ਅਫਸਰ ਨੂੰ, ਜਿਹੜਾ ਤੁਹਾਡੀ ਇਹ ਟਿਊਸ਼ਨ ਫੀਸ ਹੈ ਜਿਹੜੀ ਤੁਸੀਂ ਪੇ ਕੀਤੀ ਆ, ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋਣੀਆਂ ਚਾਹੀਦੀਆਂ। ਅਤੇ ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਆ, ਇਸ ਟਾਈਮ ਕੈਨੇਡਾ ਵੀਜ਼ਾ ਦੇ ਰਿਹਾ ਨੇ, ਅੱਛੇ ਸਕਸੈਸ ਰੇਟ ਜਿਹੜੇ ਸਾਡੇ ਸਾਹਮਣੇ ਨਿਕਲ ਕੇ ਆ ਰਹੇ ਨੇ, ਕੈਨੇਡਾ ਦੇ ਵੀਜ਼ਾਸ ਨਿਕਲ ਰਹੇ ਨੇ ਬੱਚੇ, ਜਿਹੜੇ ਸਾਡੇ ਬੱਚੇ ਪਹਿਲਾਂ ਰਿਫਿਊਜ਼ ਸੀ, ਅੱਜ ਉਹਨਾਂ ਬੱਚਿਆਂ ਦੇ ਅਸੀਂ ਕੁਛ ਬੱਚਿਆਂ ਦੇ ਵੀਜ਼ਾਸ ਗ੍ਰਾਂਟ ਕਰਵਾ ਲਏ ਆ, ਕੁਛ ਬੱਚਿਆਂ ਦੀਆਂ ਸਾਡੇ ਕੋਲ ਈਮੇਲ ਜਿਹੜੀਆਂ ਸਾਡੇ ਕੋਲ ਮਤਲਬ ਕਲੀਅਰੈਂਸ ਵਾਸਤੇ ਆ ਗਈਆਂ ਕਿ ਵੀਜ਼ਾ ਅਫਸਰ, ਜੇ ਕਿਸੇ ਬੱਚੇ ਦਾ ਮੈਡੀਕਲ ਨਹੀਂ ਕਲੀਅਰ ਹੋ ਰਿਹਾ, ਉਹਨਾਂ ਨੂੰ ਲੱਗਦਾ ਕਿ 1 ਮਹੀਨਾ ਹੀ ਬੱਚਿਆ ਮੈਡੀਕਲ 'ਚ, ਉਹ ਵੀ ਸਾਨੂੰ ਮੈਡੀਕਲ ਦੁਬਾਰਾ ਕਰਵਾਉਣ ਦੇ ਲਈ ਵੀਜ਼ਾ ਅਫਸਰ ਦੀਆਂ ਮੇਲਸ ਆਈਆਂ, ਅਸੀਂ ਅੱਗੇ ਫਰਦਰ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ।
ਕਈ ਵਾਰ ਅਸੀਂ ਬੱਚਿਆਂ ਦੀਆਂ ਫਾਈਲਾਂ ਦੀਆਂ ਉਹ 6 ਮਹੀਨੇ ਦਾ ਮੈਡੀਕਲ ਹੋਇਆ ਸੀਗਾ, 6-6 ਮਹੀਨੇ ਬੱਚਿਆਂ ਦੀਆਂ ਫਾਈਲ ਹੀ ਅੰਬੈਸੀ ਦੇ ਵਿੱਚ ਰਹੀਆਂ, ਉਹਨਾਂ ਦੇ ਵੀ ਅੱਜ ਰਿਜ਼ਲਟਸ ਆ ਰਹੇ ਨੇ। ਅਤੇ ਕਹਿਣ ਦਾ ਮਤਲਬ ਹੈ ਕਿ ਹੁਣ ਕੈਨੇਡਾ ਨੇ ਵੀਜ਼ਾਸ ਲਈ ਵੀ ਹੱਥ ਖੋਲ੍ਹਿਆ ਹੈ, ਅਤੇ ਜਿਹੜੇ ਬੜੇ ਟਾਈਮ ਦੇ ਰੁਕੇ ਹੋਏ ਰਿਜ਼ਲਟਸ ਸੀਗੇ ਅੱਜ ਉਹ ਵੀ ਦੇਣੇ ਸਟਾਰਟ ਕਰ ਦਿੱਤੇ ਆ ਕੈਨੇਡਾ ਨੇ। ਸੋ ਕੈਨੇਡਾ ਨੇ ਬਿਲਕੁਲ ਜੀ ਰਿਜ਼ਲਟ ਹੁਣ ਦੇਣੇ ਸ਼ੁਰੂ ਕੀਤੇ ਆ, ਚਾਹੇ ਉਹ ਐਸ ਡੀ ਐਸ ਸੀ ਜਾਂ ਨੋਨ ਐਸ ਡੀ ਐਸ ਸੀ, ਰਿਜ਼ਲਟਸ ਆ ਰਹੇ ਨੇ। ਬਟ ਕਈਆਂ ਦੇ ਮਨ ਦੇ ਵਿੱਚ ਇੱਕ ਭਰਮ ਬਣਿਆ ਹੁੰਦਾ ਵੀ ਨੋਨ ਐਸ ਡੀ ਐਸ ਰਿਜ਼ਲਟ ਨਹੀਂ ਆਉਂਦਾ। ਨੋਨ ਐਸ ਡੀ ਐਸ ਦੀ ਪ੍ਰੋਫਾਈਲ ਬਹੁਤ ਤਰੀਕੇ ਦੀ ਹੈ, ਪਰਸੈਂਟੇਜ ਕਿਸੇ ਦੀ ਘੱਟ ਹੈ, ਓਵਰਆਲ 6-2 ਚੋਂ 5.5 ਇਹ ਵੀ ਨੋਨ ਐਸ ਡੀ ਐਸ ਹੈ, ਪਰਸੈਂਟੇਜ 80% ਹੈ। ਮੈਂ ਬਿਲਕੁਲ ਹੁਣ ਤੁਹਾਨੂੰ ਇਹਦੇ ਵਿੱਚ ਥੋੜ੍ਹਾ ਜਿਹਾ ਇੰਟਰਪਟ ਕਰ ਰਹੀ ਹਾਂ, ਮੇਰੀਆਂ 4 ਨੋਨ ਐਸ ਡੀ ਐਸ ਪ੍ਰੋਫਾਈਲ ਦੀਆਂ ਈਮੇਲਸ ਆ ਕੇ ਵੀਜ਼ਾਸ ਗ੍ਰਾਂਟ ਹੋਏ ਨੇ, ਜਿਹੜੇ ਕਿ ਬੱਚੇ ਸਾਡੇ ਪਹਿਲਾਂ ਰਿਫਿਊਜ ਸੀਗੇ, ਕੁਛ ਕੁ ਬੱਚੇ ਉਹਨਾਂ ਵਿੱਚੋਂ ਜਿਨ੍ਹਾਂ ਦੇ 2 ਚੋਂ 5.5 ਸੀ, ਕਿਸੇ ਬੱਚੇ ਨੇ ਆਈਲੈਟਸ ਰਿਪੀਟ ਕਰਕੇ 1 ਚੋਂ 5.5 ਰਹਿ ਗਏ, ਕਿਸੇ ਬੱਚੇ ਨੇ 6 ਈਚ ਕਰ ਲਏ, ਉਹਨਾਂ ਦੇ ਅਸੀਂ ਵੀਜ਼ਾਸ ਲੈ ਰਹੇ। ਉਹ ਸਾਰੀਆਂ ਪ੍ਰੋਫਾਈਲਸ ਨੋਨ ਐਸ ਡੀ ਐਸ 'ਚ ਗਈਆਂ ਰਿਫਿਊਜ਼ਲ ਤੋਂ ਬਾਅਦ, ਅਤੇ ਉਹਨਾਂ ਦੇ ਸਾਡੇ ਵੀਜ਼ਾਸ ਗ੍ਰਾਂਟ ਹੋਏ ਨੇ, ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਜਿਹੜੀਆਂ ਈਮੇਲਸ ਅੰਬੈਸੀ ਤੋਂ ਜਿਹੜੀਆਂ ਥਰੂ ਹੋਈਆਂ ਉਹ ਆ ਕੇ ਤੁਸੀਂ ਦੇਖ ਸਕਦੇ ਹੋ। ਕਹਿਣ ਦਾ ਮਤਲਬ ਇਹ ਆ ਕਿ ਐਸ ਡੀ ਐਸ ਜਾਂ ਨੋਨ ਐਸ ਡੀ ਐਸ ਦਾ ਰੌਲਾ ਨਹੀਂ ਆ, ਰੌਲਾ ਇਹ ਆ ਕਿ ਵੀਜ਼ਾ ਅਫਸਰ ਦੇ ਸਾਹਮਣੇ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਕਿਵੇਂ ਦੀ ਰੱਖ ਰਹੇ ਹੋ, ਤੁਸੀਂ ਵੀਜ਼ਾ ਅਫਸਰ ਦੇ ਸਾਹਮਣੇ ਆਪਣੇ ਆਪ ਨੂੰ ਕਿੰਨਾ ਕੁ ਕਲੀਅਰ ਰੱਖ ਰਹੇ ਹੋ। ਹੁਣ ਹਰ ਇੱਕ ਤੋਂ ਦੂਜਾ ਬੱਚਾ ਆ ਰਿਹਾ, ਮੈਂ ਗ੍ਰੈਜੂਏਸ਼ਨ ਬਣਾ ਲੈਣਾ ਜੀ, ਮੇਰਾ 4 ਸਾਲ ਦਾ ਗੈਪ ਆ, 1 ਸਾਲ ਦੀ ਮੈਂ ਜੋਬ ਬਣਾ ਲੈਣਾ, ਉਹਦੇ ਤੇ ਮੈਨੂੰ ਨਹੀਂ ਲੱਗਦਾ ਵੀਜ਼ਾ ਆਊਗਾ, ਬਣਾ ਲੈਣਾ। ਇੱਕ ਮੈਡੀਕਲ ਇਸ਼ੂ ਦੇਤਾ ਕਿ ਮੈਨੂੰ ਕੋਈ ਪ੍ਰੋਬਲਮ ਸੀ ਜਾਂ ਮੇਰੀ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਸੀਗੀਆਂ, ਜਾਂ ਮੈਂ ਕੋਈ ਕੋਚਿੰਗ ਦੇ ਰਿਹਾ ਸੀ, ਕੋਚਿੰਗ ਲੈ ਰਿਹਾ, ਜੋ ਵੀ ਐਕਚੁਅਲ 'ਚ ਤੁਸੀਂ ਕਰ ਰਹੇ ਸੀ, ਮੈਨੂੰ ਪਲੇਸ਼ਮ ਬੰਦ ਕਰ ਦਿਉ। ਵੀਜ਼ਾ ਅਫਸਰ ਅੱਜ ਵੀ 5 ਸਾਲ ਦੇ ਗੈਪ ਨਾਲ ਮੈਂ ਕੈਨੇਡਾ ਦਾ ਵੀਜ਼ਾ ਲਿਆ, ਬਟ ਜਸਟੀਫਿਕੇਸ਼ਨ ਦੇਖੇ, ਬੱਚੇ ਨੂੰ ਥੋੜ੍ਹੇ ਲੀਵਰ ਇਨਫੈਕਸ਼ਨ ਸੀਗੀਆਂ, ਸਾਰੇ ਮੈਡੀਕਲ ਇਸ਼ੂਜ਼ ਜਿਹੜੇ ਬੱਚੇ ਦੇ ਸੀ ਸਾਰੇ ਅਸੀਂ ਦਿੱਤੇ। 5 ਸਾਲ ਦਾ ਗੈਪ ਸੀ ਪਲੱਸ 2 ਤੋਂ ਬਾਅਦ, 6 ਈਚ ਵਾਲੇ ਬੱਚੇ ਦਾ ਅਸੀਂ ਵੀਜ਼ਾ ਗ੍ਰਾਂਟ ਕਰਵਾਇਆ। ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ, ਤੁਹਾਡੀ ਪ੍ਰੋਫਾਈਲ ਵੀਜ਼ਾ ਅਫਸਰ ਦੇ ਸਾਹਮਣੇ ਇੱਕ ਜੈਨੂਅਨ ਰੀਪ੍ਰਜੈਂਟ ਹੁੰਦੀ ਹੈ, ਮੈਨੂਪੁਲੇਸ਼ਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਕਮੀ ਰਹਿ ਜਾਂਦੀ ਆ, ਵੀਜ਼ਾ ਅਫਸਰ ਤੁਹਾਨੂੰ ਸਮਝ ਜਾਂਦਾ, ਫਿਰ ਵੀਜ਼ਾ ਉੱਡ ਜਾਂਦਾ, ਫਿਰ ਅਸੀਂ ਜਿਹਦੇ ਤੋਂ ਬਣਵਾਈ ਹੁੰਦੀ ਆ ਉਹਦੇ ਮਗਰ ਵੀ ਪੈ ਜਾਂਦੇ ਹਾਂ, ਫਿਰ ਅਸੀਂ ਆਪਣੇ ਕੰਸਲਟੈਂਟ ਨੂੰ ਵੀ ਨਹੀਂ ਦੱਸਿਆ ਹੁੰਦਾ ਕਿ ਮੈਂ ਗ੍ਰੈਜੂਏਸ਼ਨ ਬਣਾਈ ਆ, ਬਲਕਿ ਸਾਨੂੰ ਬੱਚੇ ਕਹਿੰਦੇ ਆ ਕਿ ਮੈਮ ਤੁਹਾਡਾ ਆਈਲੈਟਸ ਦੇ ਵਿੱਚ ਕੋਈ ਹੱਥ ਨਹੀਂ ਹੈ। ਅੱਜ ਤੁਸੀਂ IDP ਨੂੰ ਵੀ ਦੇਖ ਲਓ, ਠੀਕ ਹੈ, ਅੱਜ ਅਸੀਂ ਕੰਸਲਟੈਂਟ ਬੈਠੇ ਹਾਂ, ਅੱਜ ਅਸੀਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਟਿਊਸ਼ਨ ਫੀਸਾਂ ਜਿਹਨੇ ਰਿਫਿਊਜ਼ ਹੋਏ ਸੀਗੇ ਤੁਹਾਡੇ ਸਾਹਮਣੇ ਅਸੀਂ ਮੁੜਵਾਈਆਂ ਨੇ, ਅੱਜ IDP ਦੇ ਵਿੱਚ ਅਮਨ ਜੀ ਕੁਛ ਬੱਚਿਆਂ ਦੇ ਹੱਥ ਨਹੀਂ ਫੜੇ ਜਾ ਰਹੇ, ਅਸੀਂ ਉਹਨਾਂ ਬੱਚਿਆਂ ਦੀ ਵੀ ਹੈਲਪ ਕਰ ਰਹੇ ਹਾਂ ਕਿ ਕਾਫੀ ਬੱਚੇ IDP ਤੋਂ ਬਾਹਰ ਆਏ। ਆਪਾਂ ਨਾ ਕਿਸੇ ਏਜੰਟ ਨੂੰ ਗਲਤ ਕਿਵੇਂ ਕਹੀਏ, ਕਿਉਂਕਿ ਏਜੰਟ ਨੇ ਜਦੋਂ ਐਡਮਿਸ਼ਨ ਕਰਾਈ ਉਦੋਂ DLI ਨੰਬਰ ਸੀਗਾ ਉਹਦੇ ਕੋਲ, ਰਜਿਸਟਰਡ ਸੀ ਕੈਨੇਡੀਅਨ ਗੌਰਮੈਂਟ ਵੱਲੋਂ, ਕੈਨੇਡਾ ਉਹਨੇ ਐਡਮਿਸ਼ਨ ਕਰਾ ਦਿੱਤੀ, ਬਾਅਦ ਚ ਕਾਲਜ ਦਿਵਾਲੀਆ ਕੱਢ ਜਾਂਦਾ। ਹੁਣ ਇਸ ਨੂੰ ਤਾਂ ਕੋਈ ਵੀ ਪ੍ਰੋਟੈਕਟ ਨਹੀਂ ਕਰਦਾ, ਇਸ ਨੂੰ ਆਪਾਂ IDP ਨੂੰ ਗਲਤ ਨਹੀਂ ਕਹਿ ਰਹੇ, ਬਟ ਡਿਸੀਜਨ ਕਿਹਦਾ ਸੀ? IDP ਨੇ ਉਸ ਟਾਈਮ ਤੁਹਾਨੂੰ ਕਿਹਾ ਹੋਊਗਾ ਫਾਈਲ ਵਿਦਡਰਾਅ ਕਰਾ ਲਓ, ਉਸ ਟਾਈਮ ਬੱਚਾ ਕਹਿੰਦਾ ਸੀ ਨਹੀਂ ਮੈਂ ਤਾਂ ਰਿਜ਼ਲਟ ਲੈਣਾ ਹੈ, ਅਸੀਂ ਵੀ ਬਹੁਤ ਸਾਰੇ ਬੱਚਿਆਂ ਨੂੰ ਕਿਹਾ ਸੀਗਾ ਫਾਈਲਸ ਵਿਦਡਰਾਅ, ਬਟ ਅੱਜ ਫਿਰ ਏਜੰਟ ਨੂੰ ਗਲਤ ਠਹਿਰਾਇਆ ਜਾ ਰਿਹਾ, ਅੱਜ ਅਸੀਂ ਕਹਿ ਰਹੇ ਹਾਂ IDP ਗਲਤ ਆ, ਫਲਾਣਾ ਏਜੰਟ ਗਲਤ ਆ, ਧਿਉਂਕਾ ਏਜੰਟ ਗਲਤ ਆ, ਲੱਖਾਂ ਬੱਚਿਆਂ ਦੀਆਂ ਫੀਸਾਂ ਫਸ ਗਈਆਂ। ਚਲੋ ਰੱਬ ਦਾ ਸ਼ੁਕਰ ਹੈ ਕਿ ਸਾਡੇ ਨਾਲ ਇਹੋ ਜਿਹਾ ਕੁਛ ਨਹੀਂ ਹੋਇਆ, ਸਾਡੇ ਕਿਸੇ ਬੱਚੇ ਦੀ ਫੀਸ ਨਹੀਂ ਫਸੀ, ਕਿਉਂਕਿ ਅਸੀਂ ਟਾਈਮਲੀ ਬੱਚੇ ਨੂੰ ਸਮਝਾ ਕੇ ਅਸੀਂ ਵਿਦਡਰਾਅ ਪਾ ਕੇ ਆਪਣੇ ਬੱਚੇ ਦੀਆਂ ਫੀਸਾਂ ਫੰਡ ਕਰਵਾ ਲਈਆਂ ਸੀ। ਬਟ ਅੱਜ ਆਪਾਂ ਕਿਸੇ ਕੰਸਲਟੈਂਟ ਨੂੰ ਗਲਤ ਨਹੀਂ ਕਹਿ ਸਕਦੇ, ਅੱਜ ਕਿਸੇ ਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਸਾਡੀ ਫੀਸ ਖਾ ਲਈ ਆ, ਸਾਨੂੰ ਸਗੋਂ ਉਹਦੇ ਨਾਲ ਕੋਆਪਰੇਟ ਕਰਕੇ ਇਹਨਾਂ ਚੀਜ਼ਾਂ ਦੇ ਹੱਲ ਕੱਢਣੇ ਚਾਹੀਦੇ ਆ। ਤੁਹਾਡੇ ਡਾਕੂਮੈਂਟਸ ਉਸ ਕੰਸਲਟੈਂਟ ਦੇ ਕੋਲ ਆ, ਹੋਰ ਪੇਪਰ ਵਰਕ ਤੁਹਾਡਾ ਉਹਨਾਂ ਦੇ ਕੋਲ ਆ, ਅੱਜ ਆਪਾਂ ਥਾਣੋ ਥਪਾਣੀ ਹੋ ਤਾਂ ਰਹੇ ਹਾਂ, ਬਟ ਤੁਹਾਡੀ ਪ੍ਰੋਫਾਈਲ ਦੇ ਉੱਤੇ ਕੀ ਅਸਰ ਪਏਗਾ? ਤੁਹਾਡੇ ਡਾਕੂਮੈਂਟਸ ਤੁਹਾਡੇ ਕੋਲ ਪ੍ਰੋਪਰ ਹੈਗੇ ਨੇ? ਤੁਸੀਂ ਪ੍ਰੋਪਰ ਉਹ ਕੰਸਲਟ ਕੀਤਾ? ਉਹਨਾਂ ਦੀ ਗੱਲ ਤਾਂ ਸਮਝੋ ਪਹਿਲਾਂ, ਆਪਾਂ ਅਗਲੇ ਨਾਲ ਉਸ ਲੈਵਲ 'ਤੇ ਆ ਗਏ ਕਿ ਮੈਮ ਮੈਨੂੰ ਦੱਸੋ ਕਿ ਮੈਂ ਕਿੱਥੇ ਕੰਪਲੇਂਟ ਕਰ ਸਕਦਾ। ਮੈਂ ਬੱਚੇ ਨੂੰ ਸਮਝਾਇਆ ਕਿ ਤੁਸੀਂ ਉਹਨਾਂ ਦੇ ਨਾਲ ਕੋਆਪਰੇਟ ਕਰੋ ਜਿਹੜੇ ਵੀ ਕੰਸਲਟੈਂਟ ਨੇ ਤੁਹਾਨੂੰ ਤੁਹਾਡੀ ਗਾਈਡੈਂਸ ਦਿੱਤੀ ਆ। ਬਹੁਤ ਸਾਰੇ ਐਵੇਂ ਦੇ ਬੱਚੇ ਅਮਨ ਜੀ ਮੇਰੇ ਕੋਲ ਆ ਰਹੇ ਆ ਜਿਨ੍ਹਾਂ ਦੀਆਂ ਫੀਸਿਸ ਮਰ ਗਈਆਂ ਜਾਂ ਕਾਲਜ ਵੱਲ ਫਸ ਗਈਆਂ ਜਾਂ ਕੰਸਲਟੈਂਟ ਦੇ ਉੱਤੇ ਉਹਨਾਂ ਨੇ ਕੇਸ ਪਾਏ ਨੇ, ਬਟ ਮੈਨੂੰ ਨਹੀਂ ਲੱਗਦਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ। ਬਿਲਕੁਲ ਜੀ, ਇੱਥੇ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਪੈਣਾ, ਐਵੇਂ ਏਜੰਟ ਵੀ ਹਰ ਜਗ੍ਹਾ ਗਲਤ ਨਹੀਂ ਹੁੰਦਾ। ਇਹ ਨਹੀਂ ਵੀ ਆਪਾਂ ਜਿੱਥੇ ਨਹੀਂ ਵੀ ਗਲਤ ਉੱਥੇ ਵੀ ਏਜੰਟ ਨੂੰ ਗਲਤ ਕਹੀਏ, ਨਹੀਂ, ਇੱਥੇ ਏਜੰਟ ਦੀ ਗਲਤੀ ਨਹੀਂ ਨਜ਼ਰ ਆਉਂਦੀ, ਕਿਉਂਕਿ ਆਥੋਰਾਈਜ਼ਡ ਕਾਲਜ ਸੀਗਾ, DLI ਨੰਬਰ ਸੀਗਾ ਤੇ ਐਡਮਿਸ਼ਨ ਕਰਾਈ ਗਈ। ਸੋ ਕਾਲ ਲੈਣੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਭਾਈ ਮੈਂ UP ਬਾਰੇ ਪੁੱਛਣ ਲੱਗਿਆ ਜੀ। ਕੀ ਕੀਤਾ ਹੋਇਆ ਸਰ? ਸਰ ਮੈਂ ਗ੍ਰੈਜੂਏਸ਼ਨ ਪਾਸ ਆਊਟ ਹੈ। BA ਕੀਤੀ? BA ਕੀਤੀ ਹੋਈ ਹੈ ਜੀ? ਨਹੀਂ ਜੀ, ਨਹੀਂ, ਮੈਂ BTECH ਕੀਤੀ। BTECH ਕਾਹਦੇ ਚ ਕੀਤੀ ਤੁਸੀਂ?
ਮਕੈਨੀਕਲ ਓਕੇ ਜੀ ਕਿਹੜਾ ਮੈਂ ਈਅਰ ਪਾਸ ਆਊਟ ਹਾਂ 2020 ਓਕੇ ਆਇਲਸ ਆਇਲਸ ਸਰ ਮੇਰੇ ਨਾ ਓਵਰਆਲ 6 ਨੇ 1 ਤੋਂ 7 ਬਣ ਗਏ ਓਕੇ ਜੀ ਸਿੰਗਲ ਐਪਲੀਕੈਂਟ ਹੋ अपलाई कर लो 2020 पहला ही पास आउट हो डिले ना करो क्योंकि आप 2022 च बैठे हाँ वो भी मैनू लगता है कि असीं विचाले पहुंच गए 2022 दे अगे तुहाडे कोल समां नहीं बचिया कि सोचो ना यूके अपलाई करना है अपलाई तुसीं कर सकदे हो मैनू एक अमन जी पता नहीं गल बोलनी चाहिए कि नहीं बट बच्चा हमेशा बच्चे नू पता हुंदा है कि मैं अपलाई कर सकदा है रात मैनू बच्चे दा एकदम ईमेल थ्रू मैनू मिलिया ओहदे विच बच्चे ने लिखिया कि मैडम मेरे एक चो 5.5 है ओवरऑल मेरे 6.5 आ कि मैं ऑस्ट्रेलिया अपलाई कर सकदा है मैनू नहीं लगता कि इहदे च कुछ भी पुछण दी जरूरत है गलत नहीं होना चाहिए जो होंगे भी गरंटी कर दी तेरा तू कर तेरा वीजा होगा गरंटिड सुनना पसंद करते हैं कई अच्छा भी पता होंगे भी यह गलत है एजेंट गरंटी नहीं दे सकता वह डिसीजन मेकर नहीं है जो दे रहा तो गलत है बट सुनना पसंद करते हैं सुनना पसंद चीज जी निकल के आई है मे बी पैकेज चो निकल के आई है मैं जितों तक लगता है कि आप लगता है कि पैकेज हो गया तो हम वीजा डैम शोर है कि हुण वीजा आई जाना साडा तां रुपया नहीं लग्या कंसल्टेंट पैसे ला रहा है इहनू पता होगा वीजा निकल जाना तां ही अपने पल्लों पैसे ला रहा है सारियां चीज़ां तुहाडे सामने पानी वांगू नित्तर के सामने आ गईआं फिर भी आपां इहनां चीज़ां दे पिछे ना पईए आपां इहनां चीज़ां नूं समझीए अज दी असीं पढ़ी लिखी जनरेशन है अपनी कन्फर्मेशन दे विच टाइम वेस्ट ना करिए सानूं पता है सानूं कॉलेज किहड़ा लैणा है यूनिवर्सिटी किहड़ी लैणी है ग्रैजुएशन जिहड़े बच्चों ने की होंगी है उन्होंने तो बहुत सारी नॉलेज इकट्ठी की होंगी बच्चों ने कई ने ग्रैजुएशन छड़ दी होंगी है नाले तुहानू पता है कि असीं ग्रैजुएशन क्यों छड़ रहे हैं तो ये साडा गैप पै सकता है पता सीगा मैडम फिर भी मैं पेपर नहीं दिते जदों सानू सारियां चीज़ां पता होने के बावजूद भी असीं करते हैं इट मीनस सानू पता है कि असीं अपनी प्रोफाइल दे लई नैगेटिव चीज़ां क्रिएट कर रहे हैं फिर असीं अपने कंसल्टेंट को गरंटी वर्ड भालते हैं बिल्कुल गलत है उन्हें अपने वालों एफर्ट करने हैं मैं अपने वालों एफर्ट्स करने हैं वो एफर्ट्स मेरे किन्ने अगे फ्रूटफुल रहिंदे आ जां नहीं रहिंदे वो वीजा अफसर जिहड़ा डिसीजन मेकर होगा ना वो ही दस सकता है प्लीज़ मेरे तो फोन कॉल ते जां काउंसलिंग टाइम गरंटी वर्ड का ना मूँह चो कढ़वाया करो क्योंकि मैं 2-3 बच्चों अज मिली हाँ तो वो बच्चे मैं कहते मैम 100% वीजा आ जाएगा कि मैं बोला 100% आ जाएगा 100% निकल जूगा वीजा मैं उन्होंने यही कहा मैं क्या जो तुहाडा प्रोफाइल है इस प्रोफाइल से मेरे को 90% तो 99% वाला बच्चा भी आ जाता ना परसेंटेज होंगी वो अकैडमी चो उन्होंने भी मैं कहना सी कि असी ट्राई करांगे कि असी वीजा नहीं दे सकते असी वीजा अफसर नहीं है एजेंट की ड्यूटी की गल करते हैं उसकी रिस्पोंसिबिलिटीज की गल करते हैं की होंगी है देखो जी साड़ी एक रिस्पोंसिबिलिटी है कि असी तुहानू सही सुजैसट करिए सही गाइड करिए तुहानू कॉलेज सही लैके दईए DLI नंबर कॉलेज होवे जे असी तुहाडी फाइल SDS पुट ऑन कर रहे हैं तो असी तुहानू दसीए जे नॉन SDS पुट ऑन कर रहे हैं असी तां वी दसीए फिर असी SOP दे उत्ते की वर्कआउट कर रहे हैं तुहाडे डॉक्यूमेंट्स किहड़े-किहड़े ला रहे हैं अंबैसी दे विच उहदे विच सानू नहीं पता कि वीजा अफसर सानू वीजा देगा कि नहीं देगा पारदर्शिता ट्रांसपेरेंसी जरूरी है जरूरी है बट ये कह देना भी जे असी फाइल ला दी तो वीजा आएगा गलत हो जाएगा so, नेक्स्ट कॉल लेने हेलो सत श्री अकाल जी सत श्री अकाल जी की सवाल है जी मेरे ख्याल फोन कट गया जी तुसी दोबारा एक बार ट्राई कर लियो तो माफी चाहुंदे जिन्हें दी कॉल मिस हो रही है ਉਹਨਾਂ ਨੂੰ ਬੈਕ ਕਾਲ ਕਰਕੇ ਜਵਾਬ ਦੇ ਦਿੱਤਾ ਜਾਏਗਾ ਜੀ ਰਿਸਪੋਂਸਿਬਿਲਟੀ ਦੀ ਗੱਲ ਕਰ ਰਹੇ ਰਿਸਪੋਂਸਿਬਿਲਟੀ ਅਮਨ ਜੀ ਜੋ ਇੱਕ ਕੰਸਲਟੈਂਟ ਦੀਆਂ ਹੁੰਦੀਆਂ ਮੇਰੇ ਅਕੋਰਡਿੰਗਲੀ
कि टाइमली बच्चे का अपलाई होवे, टाइमली उन्हें ऑफर लैटर मंगा के दी जाए, वो ट्रांसपेरेंट रहे, कंसल्टेंट उन्हें चीज़ा टाइमली सुजैसट करे, उन्होंने दसे। कंसल्टेंट की यह जिम्मेवारी नहीं है मैं 110% तेरा वीज़ा कटवा के दूंगा। जे फाइल की प्रेजेंटेशन वीज़ा अफसर न सही लगी ना तो उन्हें वीज़ा ग्रांट कर देना। जे उन्हें एक भी चीज़ लगी ना कि चाहे वह 6 ईच वाला बच्चा, 7 ईच वाला बच्चा है, 90% वाला बच्चा है, जे उन्होंने लगे ना कि यह बच्चा एक जेन्युइन स्टूडेंट नहीं है, उत्थे भी रिफ्यूज़ कर सकता है। यही कि साड़ी फाइल के कमी होगी तो ही रिफ्यूज़ कर सकता है। देखो जी अमन जी, असि अपने आप वीजा अफसर के सामने सिर्फ रख सकते हैं। औखा और सौखे की गल फिर गरंटी वर्ड के जी कन्वर्ट हो जाती है, किन्ना औखा है किन्ना सौखा है। देखो रिफ्यूजल तो बाद वीज़ा अफसर ने यह नहीं किया कि तुम दोबारा अपलाई नहीं कर सकते, उन्होंने तुम्हें दोबारा चांस लैन किया कि तुम दोबारा चांस लै सकते हो। इट मीनस असी फाइल के जो कमी पेशी रखी गई है, कढ़ी गई है, उस कमी पेशी को पूरा करके अगे फाइल रिप्रजेंट करिए, ना कि सेम प्रोफाइल में चक के उमें ही अगे ला दीए जिद लगे कि साड़ा वीज़ा ग्रांट हो जूगा। वीज़ा ग्रांट नहीं होना सेम प्रोफाइल में जो तुम अगे रिप्रजेंट करोगे। जो तुम आइलैट्स रिपीट करके आइलैट्स जोड़ा है इंप्रूव नहीं कर पा रहे तो अपनी लोकेशन चेंज करो, अपना कोर्स चेंज करो, अपना कॉलेज चेंज करो। बड़िया लोकेशनस एवें दिया ने जो सोचो साढ़े पांच ओवरऑल साढ़े पांच वाले बच्चों वीज़ा ग्रांट कराने तैयार ने। मॉन्ट्रियल क्यूबिक की मैं गल कर लाँ, उतो चो साढ़े पांच वाले बच्चे साढ़े बड़े वधिया एडजस्ट होंगे ने। इस करके ये फाइल में एक बार रिफ्यूज़ होने तो बाद 10 बार उवें ही अपलाई करी जाना, जी है सुधार ना करना तो वीज़ा ग्रांट नहीं कर सक करा सकते। असी जे असी सुधार करके फाइल में अपना कोर्स के कोई चेंज ऑफ सरकमस्टेंसेस कह जाए बिल्कुल उन्होंने चीज़ों कई होंगे भी ਜਿਵੇਂ ਹੁਣ ਰਿਫਿਊਜ਼ ਹੋਇਆ ਤਾਂ ਸੇਮ ਕਾਲਜ ਕੋਰਸ ਫਿਰ ਨਾਲ ਦੀ ਨਾਲ ਰੀਅਪਲਾਈ, ਫਿਰ ਨਾਲ ਦੀ ਨਾਲ ਰੀਅਪਲਾਈ, ਉਹੀ ਰਿਫਿਊਜ਼ਲ ਦਾ ਵਾਰ ਵਾਰ ਜਿਹੜਾ ਤੁਹਾਡਾ ਰੀਜ਼ਨ ਬਣਦਾ ਹੈ। ਜਦੋਂ ਅੱਜ ਗੱਲ ਕਰਦੇ ਹਾਂ ਲੋਕ ਬੱਚਿਆਂ ਦੀ, ਜਦੋਂ ਆਪਣੀ ਪ੍ਰੋਫਾਈਲ ਦੱਸਦੇ ਆ ਕਹਿੰਦੇ ਜੀ 4-4 ਵਾਰੀ 5-5 ਵਾਰੀ ਰਿਫਿਊਜ਼ ਹੋ ਗਏ ਬੱਚੇ, ਔਰ ਕਈਆਂ ਤੋਂ ਇਹ ਵੀ ਨਹੀਂ ਪਤਾ ਵੀ 4-5 ਵਾਰੀ ਫਾਈਲ ਲਾ ਦਿੱਤੀ ਗਈ ਸੀ। ਬਿਲਕੁਲ ਬਹੁਤ ਇਹ ਬੜਾ ਵੱਡਾ ਜਿਹੜਾ ਵਿੱਚ ਜਿਹੜੀ ਨਿਕਲ ਕੇ ਗੱਲ ਆਉਂਦੀ ਹੈ ਕਿ ਬੱਚੇ ਦੀ ਜਦੋਂ ਅਸੀਂ ਕੇਵ ਨੋਟ ਕਢਵਾਇਆ ਹੁੰਦਾ ਅਤੇ ਉਹਦੇ ਵਿੱਚੋਂ ਬੱਚਾ ਕਹਿੰਦਾ ਮੇਰੀ ਇੱਕ ਵਾਰ ਰਿਫਿਊਜ਼ਲ ਆ, ਅਤੇ ਅਸੀਂ ਦੇਖਿਆ ਬੱਚੇ ਨੇ 3 ਵਾਰ ਰਿਫਿਊਜ਼ ਕਰਵਾ ਲਿਆ ਆਪਣਾ। ਅਤੇ ਇਹ ਵਾਰ ਵਾਰ ਜੇ ਫਾਈਲ ਨੂੰ ਉਸੇ ਪ੍ਰੋਫਾਈਲ ਨੂੰ ਜਦੋਂ ਸਾਨੂੰ ਵੀਜ਼ਾ ਅਫਸਰ ਨੇ ਇਸ ਪ੍ਰੋਫਾਈਲ 'ਤੇ ਰਿਜੈਕਟ ਕਰ ਦਿੱਤਾ ਹੈ, ਜੇ ਤਾਂ ਅਸੀਂ ਉਹਦੇ 'ਚ ਸੁਧਾਰ ਕਰਕੇ ਦੁਬਾਰਾ ਫਾਈਲ ਰੀਪ੍ਰਜੈਂਟ ਕਰ ਸਕਦੇ ਹਾਂ ਤਾਂ ਅਸੀਂ ਲਾਈਏ, ਅਦਰਵਾਈਜ਼ ਇੱਕ ਹੀ ਪ੍ਰੋਫਾਈਲ ਨੂੰ ਵਾਰ ਵਾਰ ਰਿਪੀਟ ਕਰਨ 'ਤੇ ਵੀਜ਼ਾ ਅਫਸਰ ਸਾਨੂੰ ਵੀਜ਼ਾ ਗ੍ਰਾਂਟ ਨਹੀਂ ਕਰੇਗਾ ਜੀ। ਸੋ ਕੋਈ ਵੀ ਮਨ ਦੇ ਵਿੱਚ ਸਵਾਲ ਆਉਂਦਾ ਜੀ ਸਾਂਝਾ ਕਰ ਸਕਦੇ ਹੋ, ਮਾਫ਼ੀ ਚਾਹੁੰਦੇ ਜਿਹਨਾਂ ਦੇ ਕਾਲਸ ਵਿੱਚ ਡਿਸਕਸ਼ਨ 'ਚ ਰਹਿ ਗਈਆਂ, ਕਿਉਂਕਿ ਉਦੋਂ ਗੱਲ ਚੱਲਦੀ ਹੁੰਦੀ ਉਹ ਵੀ ਤੁਹਾਡੇ ਲਈ ਹੈ ਅਤੇ ਅਸੀਂ ਕਾਲ ਨਹੀਂ ਪਿੱਕ ਪਾਉਂਦੇ, ਬਟ ਜਿੰਨਿਆਂ ਦੀ ਕਾਲਸ ਮਿਸ ਹੋਈਆਂ ਉਹਨਾਂ ਨੂੰ ਕਾਲ ਬੈਕ ਇਹਨਾਂ ਦੀ ਟੀਮ ਵੱਲੋਂ ਕਰਕੇ ਪ੍ਰੋਪਰਲੀ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਜਾਏਗੀ। UK ਵਿਦਾਊਟ ਆਇਲਸ ਸਪਾਊਸ ਨੂੰ ਲੈ ਕੇ ਕਾਫੀ ਜਿਹੜੇ ਕੁਐਰੀ ਸੀਗੇ, ਕੀ ਕਹਿਣਾ, ਕਿੰਨੇ ਪਰਸੈਂਟ ਨੰਬਰ ਘੱਟੋ ਘੱਟ ਚਾਹੀਦੇ ਨੇ UK ਲਈ ਅਤੇ ਵਿਦਾਊਟ ਆਇਲਸ ਹੁੰਦਾ ਕਿ? ਦੇਖੋ ਅਮਨ ਜੀ, 60-70% ਹੋਣ ਤੇ ਬਹੁਤ ਹੀ ਵਧੀਆ, ਬਟ 60-70% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ ਜਿਹੜਾ ਗ੍ਰੈਜੂਏਟ ਹੈ, ਗ੍ਰੈਜੂਏਟ ਹੈ ਅਤੇ ਉਹ ਵੀ ਬੱਚਾ ਅਪਲਾਈ ਕਰ ਸਕਦਾ। ਜਿਹੜੇ ਉਹਦੇ 65-70% 75% ਦੇ ਵਿੱਚੋਂ ਤਾਂ ਬਹੁਤ ਵਧੀਆ ਗੱਲ ਹੈ। ਅਤੇ ਜੇ ਪਲੱਸ ਟੂ ਵਾਲਾ ਹੈ 60-70% ਵਾਲਾ ਬੱਚਾ ਵੀ ਅਪਲਾਈ ਕਰ ਸਕਦਾ। ਜਦੋਂ ਆਪਾਂ ਸਪਾਊਸ ਦੀ ਗੱਲ ਕਰਦੇ ਹਾਂ ਉਦੋਂ ਕਿਤੇ ਨਾ ਕਿਤੇ ਇੱਕ ਚੀਜ਼ ਆਉਂਦੀ ਹੈ ਕਿ ਬੱਚਾ ਘੱਟੋ ਘੱਟ ਗ੍ਰੈਜੂਏਟ ਹੋਣਾ ਚਾਹੀਦਾ, ਤੁਹਾਡਾ ਸਪਾਊਸ ਦੀ ਵੀ ਘੱਟੋ ਘੱਟ ਇੱਥੇ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ। ਅੱਛਾ, ਇਹ ਵੀ ਜ਼ਰੂਰੀ ਹੈ ਵੀ ਸਪਾਊਸ ਵੀ ਗ੍ਰੈਜੂਏਟ ਹੋਵੇ? ਸਪਾਊਸ ਵੀ ਗ੍ਰੈਜੂਏਟ ਹੋਵੇ, ਨਹੀਂ ਤਾਂ ਜੇ ਸਪਾਊਸ ਆਪਾਂ ਨਾਲ ਨਹੀਂ ਲੈ ਕੇ ਜਾਣਾ ਫਿਰ ਆਪਾਂ ਸਪਾਊਸ ਨੂੰ ਆਫਟਰ 3 ਮੰਥ ਅਪਲਾਈ ਕਰੀਏ, ਫਿਰ ਆਪਾਂ ਨਾਲ ਨਾ ਅਪਲਾਈ ਕਰੀਏ। ਜੇ ਗ੍ਰੈਜੂਏਸ਼ਨ ਤੁਹਾਡੀ ਵੀ ਕੀਤੀ ਹੈ, ਤੁਹਾਡੇ ਸਪਾਊਸ ਦੀ ਵੀ ਕੀਤੀ ਹੈ, ਤਾਂ ਆਰਾਮ ਨਾਲ ਤੁਹਾਡਾ ਜਿਹੜਾ ਸਪਾਊਸ ਕੇਸ ਨਾਲ ਹੋ ਜਾਏਗਾ ਵਿਦਆਊਟ ਇੰਟਰਵਿਊ ਆ। ਕਿਸੇ ਵੀ ਤਰ੍ਹਾਂ ਦੀ UK ਦੇ ਵਿੱਚ ਇਸ ਟਾਈਮ ਇੰਟਰਵਿਊ ਨਹੀਂ ਹੈ। ਕਈ ਯੂਨੀਵਰਸਿਟੀਜ਼ ਇੰਟਰਵਿਊ ਕਰ ਰਹੀਆਂ ਨੇ ਜੀ, ਅੰਬੈਸੀ ਨਹੀਂ ਕਰ ਰਹੀ ਕਈ ਵਾਰੀ, ਤੇ ਉਹ ਯੂਨੀਵਰਸਿਟੀਜ਼ ਨੂੰ ਇੰਟਰਵਿਊ ਦੇ ਵਿੱਚ ਜਿਹੜੀ ਤਿਆਰੀ ਹੁੰਦੀ ਹੈ ਉਹ ਕਰਾਈ ਜਾਂਦੀ ਹੈ ਜਾਂ ਕੀ ਕੁਝ ਪੁੱਛਿਆ ਜਾਂਦਾ? ਦੇਖੋ ਜੀ, ਉਹਨਾਂ ਦੇ ਬੇਸਿਕ ਕੁਐਸਚਨ ਹੁੰਦੇ ਆ ਕਿ ਤੁਹਾਡਾ ਇੰਟਰਸਟ ਯੂਨੀਵਰਸਿਟੀ 'ਚ ਇਹ ਕੋਰਸ ਲੈਣ ਲਈ ਕਿਉਂ ਹੋਇਆ, ਕਿਵੇਂ ਤੁਸੀਂ ਇੱਕ ਜਿਹੜੀ ਕੋਰਸ, ਹਾਂ, ਰਿਸਰਚ ਕੀਤੀ ਇਸ ਕੋਰਸ ਦੇ ਉੱਤੇ, ਜਾਂ ਤੁਹਾਨੂੰ ਇਸ ਕੰਸਲਟੈਂਟ ਨੇ ਗਾਈਡ ਕੀਤਾ ਕਿ ਤੁਹਾਨੂੰ ਕਿੰਨਾ ਕੁ ਇਹਨਾਂ ਨੇ ਗਾਈਡ ਕੀਤਾ ਇਸ ਕੋਰਸ ਬਾਰੇ, ਇਸ ਕਾਲਜ ਬਾਰੇ, ਇਸ ਯੂਨੀਵਰਸਿਟੀ ਬਾਰੇ। ਮੰਨ ਲਓ ਮੈਂ ਹੀ ਵਿੱਚ ਕੋ ਮੀਡੀਏਟਰ ਹਾਂ ਅਤੇ ਉਹਦੇ ਬਾਰੇ ਵੀ ਪੁੱਛਿਆ ਜਾਂਦਾ, ਅਤੇ ਐਵੇਂ ਦੇ ਕੁਐਸਚਨਸ ਹੁੰਦੇ ਨੇ ਜਿਹੜੇ ਕੁਐਸਚਨਸ ਬੱਚਾ ਕਲੀਅਰ ਕਰ ਦਿੰਦਾ
ਤੇ ਆਰਾਮ ਨਾਲ ਇੰਟਰਵਿਊ ਨਿਕਲ ਜਾਂਦੀ ਆ। ਜੇ ਕੋਈ ਯੂਨੀਵਰਸਿਟੀ ਬੱਚਾ ਸਪੈਸੀਫਿਕ ਲੈਂਦਾ ਹੈ ਤੇ ਉਹਦੇ ਵਿੱਚ ਜੇ ਕੋਈ ਇੰਟਰਵਿਊ ਹੁੰਦੀ ਹੈ ਤੇ ਉਹ ਸਾਡੇ ਵੱਲੋਂ ਤਿਆਰੀ ਵੀ ਕਰਾਈ ਜਾਂਦੀ ਆ, ਬੱਚੇ ਨੂੰ ਕੋਈ ਵੀ ਚਾਰਜ ਨਹੀਂ ਕੀਤਾ ਜਾਂਦਾ, ਫਰੀ ਆਫ ਕੋਸਟ ਅਸੀਂ ਬੱਚੇ ਨੂੰ ਤਿਆਰੀ ਕਰਵਾਉਂਦੇ ਹਾਂ ਜੀ। ਸੋ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆਉਂਦਾ ਹੋਵੇ ਜੀ, ਤੁਸੀਂ ਸਾਂਝਾ ਕਰ ਸਕਦੇ ਹੋ। ਕ੍ਰੀਏਟਿਵ ਫਿਊਚਰ ਦੇ ਨੰਬਰ ਚੱਲ ਰਹੇ ਨੇ ਮੈਮ, ਆਲਮੋਸਟ ਸਮਾਂ ਹੋ ਚੁੱਕਾ, ਪਰ ਫਿਰ ਵੀ ਕੋਈ ਮੈਸੇਜ ਦੇਣਾ ਚਾਹੋ। ਦੇਖੋ ਅਮਨ ਜੀ, ਹਮੇਸ਼ਾ ਜਿਹੜਾ ਹੁਣ ਕੀ ਕਨਫਰਮੇਸ਼ਨ ਮੇਰਾ ਅਪਲਾਈ ਹੋ ਜੂਗਾ, ਜਦੋਂ ਤੁਹਾਨੂੰ ਪਤਾ ਹੈ ਕਿ ਇਸ ਆਈਲੈਟਸ ਸਕੋਰ 'ਤੇ ਮੈਂ ਐਲੀਜੀਬਲ ਹੈਗਾ, ਫਿਰ ਆਪਣੇ ਕੰਸਲਟੈਂਟ ਕੋਲ ਡਾਕੂਮੈਂਟਸ ਲੈ ਕੇ ਜਾਓ, ਉੱਥੇ ਜਿਹੜੀਆਂ ਵੀ ਤੁਹਾਡੀਆਂ ਗੱਲਾਂ ਨੇ ਉਹ ਕਲੀਅਰ ਕਰੋ। ਜਿਹੜਾ ਤੁਸੀਂ ਇਹ ਸਵਾਲ ਪੁੱਛ ਕੇ, ਅੱਛਾ ਇੱਕ ਹੁੰਦਾ ਵੀ ਸਾਡੇ ਨੇੜੇ ਹੀ ਆਫਿਸ ਹੋਵੇ, ਸਾਡੇ ਸ਼ਹਿਰ 'ਚ ਹੋਵੇ, ਤਾਂ ਅਸੀਂ ਜਾਈਏ, ਦੂਰ ਜਾ ਕੇ ਕਾਉਂਸਲਿੰਗ ਲੈਣਾ ਥੋੜ੍ਹਾ ਔਖਾ ਲੱਗਦਾ। ਉਹ ਕਾਉਂਸਲਿੰਗ ਤੁਸੀਂ ਔਨਲਾਈਨ ਲੈ ਸਕਦੇ ਹੋ ਕਿ ਮੈਮ ਦੇਖੋ ਮੇਰੀ ਫਾਈਲ ਹੈ ਕਿ ਮੈਂ ਅਪਲਾਈ ਕਰ ਸਕਦਾ, ਮੈਨੂੰ ਫਲਾਨੇ ਕੰਸਲਟੈਂਟ ਨੇ ਇਹ ਬੋਲਤਾ, ਮੈਨੂੰ ਉਹਨੇ ਇਹ ਬੋਲਤਾ। ਦੇਖੋ ਹਰ ਕੰਸਲਟੈਂਟ ਦਾ ਆਪਣਾ ਹੀ ਰਾਏ ਹੁੰਦੀ ਆ, ਆਪਣਾ ਪੁਆਇੰਟ ਆਫ ਵਿਊ ਹੁੰਦਾ, ਤੁਸੀਂ ਆਪਣਾ ਕੰਸਲਟੈਂਟ ਚੁਣਨਾ, ਸਹੀ ਗਲਤ ਦਾ ਫੈਸਲਾ ਤੁਸੀਂ ਖੁਦ ਕਰਨਾ, ਬਟ ਕਿੰਨੇ ਕੀ ਬੋਲਿਆ ਉਹਦੇ 'ਤੇ ਤੁਹਾਨੂੰ ਕੀ ਲੱਗਦਾ ਹੈ। ਤੁਸੀਂ ਖੁਦ ਇੱਕ ਆਪਣੇ ਆਪ ਦੇ ਗਾਈਡਰ ਹੋ, ਤੁਸੀਂ ਆਪਣੇ ਆਪ ਨੂੰ ਖੁਦ ਗਾਈਡ ਕਰ ਸਕਦੇ ਹੋ। ਔਨਲਾਈਨ ਹਰ ਚੀਜ਼ ਪਈ ਆ, ਹਰ ਚੀਜ਼ 'ਚ ਅਸੈਸਮੈਂਟ ਲੈ ਸਕਦੇ ਹੋ, ਯੂਨੀਵਰਸਿਟੀ ਕਾਲਜਸ ਦੀਆਂ ਔਨਲਾਈਨ ਅਸੈਸਮੈਂਟ ਵੈਬਸਾਈਟ ਦੇ ਉੱਤੇ ਅਵੇਲੇਬਲ ਹੁੰਦੀਆਂ ਨੇ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਰਿਸਰਚ ਦੇ ਵਿੱਚ ਆਪਣਾ ਗੈਪ ਨਾ ਪਾ ਲਓ, ਰਿਸਰਚ ਦੇ ਵਿੱਚ ਆਪਣਾ ਟਾਈਮ ਇੰਨਾ ਨਾ ਵੇਸਟ ਕਰੋ ਕਿ ਅਸੀਂ ਟਾਈਮਲੀ ਅਪਲਾਈ ਨਾ ਕਰ ਸਕੀਏ ਜਿਹੜਾ ਚਾਂਸ ਆਪਦੇ ਹੱਥੋਂ ਜਿਹੜਾ ਅਸੀਂ ਉਹ ਗਵਾ ਦਈਏ। ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ, ਇੰਨਾ ਵਧੀਆ ਮੈਸੇਜ ਦੇਣ ਲਈ ਅਤੇ ਸ਼ੋਅ 'ਚ ਆਉਣ ਲਈ। ਥੈਂਕ ਯੂ ਅਮਨ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ।